ਜਿਹੜੇ ਨਵੇਂ ਆਏ ਆ ਜਿਹੜੇ ਨਵੇਂ ਇੱਥੋਂ ਉੱਠ ਕੇ ਗਏ ਸੀ ਇੱਧਰੋਂ ਗੁਜਰਾਂਵਾਲੇ ਤੋਂ ਗਏ ਸਿੱਖ ਉੱਥੇ 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 ਤਾਂ ਸਿਰਫ ਪਤਾ ਲੱਗਾ ਸੀ ਤਿੰਨ ਕੁ ਘਰ ਬਸ ਵੱਧ ਗਿਆ ਨਾ ਹੌਲੀ ਹੌਲੀ ਚੱਲ ਗਿਆ ਕਿੰਨੇ ਹੀ ਇਹ ਤਾਂ ਉੱਧਰਲੀਆਂ ਗੱਲਾਂ ਸੁਣਿਆ ਤਾਂ ਬਾਬਾ ਉੱਠ ਕੇ ਬਹਿ ਗਿਆ ਨਹੀਂ ਅੱਲਾ ਦਾ ਸ਼ੁਕਰ ਆ ਸਾਨੂੰ ਕੋਈ ਤੰਗੀ ਨਹੀਂ ਹੈਗੀ ਚਲੋ ਜੀ ਸ਼ੁਕਰ ਹੀ ਚਾਹੀਦਾ ਹਾਂਜੀ ਜਿਸ ਹਾਲ 'ਚ ਵੀ ਰੱਖਿਆ ਉਹਨੇ ਰੱਬ ਨੇ ਬਹੁਤ ਸ਼ੁਕਰ ਅੱਲਾ ਦਾ ਰੋਜ਼ ਹੀ ਕਹਿੰਦੇ ਸੀ ਅੱਜ ਜਾਂਦੇ ਕੱਲ੍ਹ ਜਾਂਦੇ ਪਰ ਰੋਜ਼ ਹੀ ਕਹਿੰਦੇ ਸੀ ਅੱਜ ਜਾਵਾਂਗੇ ਕੱਲ੍ਹ ਨੂੰ ਜਾਵਾਂਗੇ ਪਰਸੋਂ ਜਾਂਦੇ ਹਾਂ ਪਰ ਅੱਜ ਅੱਜ ਮੁਲਾਕਾਤ ਹੋ ਗਈ ਘਰਾਂ 'ਚੋਂ ਨਿਕਲਣੇ ਅਸਲ 'ਚ ਕੰਮ ਕਰਦੇ ਆ ਸਾਰੇ ਮੁਲਾਜ਼ਮਤਾਂ ਕਰਦੇ ਆ ਅਤੇ ਫਿਰ ਇਸ ਕਰਕੇ ਨਹੀਂ ਨਿਕਲ ਹੁੰਦਾ ਯਾਰ ਮੁਹੰਮਦ ਆਉਂਦਾ ਹੁੰਦਾ ਹਾਂਜੀ ਯਾਦ ਆਉਂਦਾ ਸੁਪਨੇ 'ਚ ਆਉਂਦਾ ਰਹਿੰਦਾ ਚੰਗਾ ਸੀ ਨਾ ਤਾਂ ਹੀ ਯਾਦ ਆਉਂਦਾ ਚੰਗਾ ਸੀ ਕਿਸੇ ਨਾਲ ਲੜਾਈ ਨਹੀਂ ਝਗੜਾ ਨਹੀਂ ਕੰਮ ਕੀਤਾ ਘਰ ਆਪਣਾ ਬਸ ਲੜਾਈ ਝਗੜਾ ਨਹੀਂ ਕਰਦਾ ਕਿਸੇ ਨਾਲ ਨਹੀਂ ਕਰਦਾ ਸੀ ਯੂਸਫ ਖਾਨ ਤਾਇਆ ਯੂਸਫ ਲੜਦਾ ਉਹ ਬੜ ਬੋਲਾ ਹੈ ਉਹ ਬੜ ਬੋਲਾ ਸੀ ਯੂਸਫ ਖਾਨ ਹਾਂ ਅਲੀ ਮੁਹੰਮਦ ਵੀ ਚੰਗਾ ਸੀ ਤਾਇਆ ਹਸਨ ਵੀ ਚੰਗਾ ਸੀਗਾ ਤਾਇਆ ਹਾਂ ਤਾਇਆ ਮੁਹੰਮਦ ਸਾਹਿਬ ਬਾਬਾ ਸਾਈ ਉਹ ਵੀ ਚੰਗਾ ਸੀ ਤਾਇਆ ਯੂਸਫ ਜਿਹੜਾ ਸੀ ਉਹ ਬੜ ਬੋਲਾ ਕੀ ਹਾਲ ਆ ਠੀਕ ਆ ਇੱਕ ਤਾਂ ਅਸਲਮ ਖਾਂ ਤਾਂ ਮਰ ਗਿਆ ਹੈ ਅਕਰਮ ਖਾਂ ਹੈਗਾ ਉਹ ਫਿਰਦਾ ਤੁਰਦਾ ਨਹੀਂ ਅਕਰਮ ਖਾਂ ਫਿਰਦਾ ਤੁਰਦਾ ਉਹ ਸਾਰਾ ਬਰੀ ਸੀ ਅਕਰਮ ਅਦੂਗਾ ਸਰ ਅਸਲਮ ਖਾਂ ਇਹ ਵੀ ਕਿਹਾ ਸੱਟ ਲੱਗ ਗਈ ਸੱਟ ਲੱਗ ਗਈ ਸੀ ਹੁਣ ਠੀਕ ਆ ਕੋਲ ਤਾਂ ਖਾ ਲੈ ਗਿਆ ਬੇਰੇ ਹਾਂ ਆਏ ਕਿਤੇ ਇਹ